श्रोमणी अकाली दल फिरोजपुर के वर्करा की मीटिंग जो कि सरदार जनमेजा सिंह सेखों के ग्रह विखे हुई मीटिंग ने धारिया रैली का रूप। ਸਾਡੇ ਨਾਲ ਬਹੁਤ ਵੱਡਾ ਧੱਕਾ ਕੀਤਾ। ਉਦੋਂ ਬਾਅਦ ਪੰਜਾਬੀ ਸੂਬਾ ਬਣਿਆ। ਪੰਜਾਬੀ ਸੂਬੇ 'ਚ ਵੋਟ ਲਾਤੇ ਕਿ ਕਿਸਾਨੀ ਦਾ ਰਾਖਾ। ਤੁਸੀਂ ਮੈਨੂੰ ਇੱਕ ਵੀ ਜਿਹੜਾ ਕੋਈ ਪੜ੍ਹਿਆ ਲਿਖਿਆ ਨੌਜਵਾਨ ਹੈ ਜਿਹੜੇ ਤੇ ਪਾਣੀ ਦੇ ਵਿੱਚ ਕੀ ਕਿਹਾ ਸੀ ਉੱਤੇ ਤਾਂ ਇਹ ਕਰ ਰਾਜਸਥਾਨ ਨੂੰ ਤੇ ਹਰਿਆਣੇ ਨੂੰ ਉਵੇਂ ਚਾਹੇ ਗਏ। ਉਹਨਾਂ ਦਾ ਕਹਿਣਾ ਹੈਗਾ ਕਿ ਪੰਜਾਬ ਸਰਕਾਰ ਪਹਿਲੇ ਸਪਸ਼ਟੀਕਰਨ ਦੇਵੇ ਕਿ ਦਿਹਾਤੀ ਫੰਡ ਕਿੱਥੇ ਲੱਗਦਾ ਹੈਗਾ, ਕਿਵੇਂ ਦੇਖਦੇ ਹੋ ਤੁਸੀਂ? ਦੇਖੋ ਇਹ ਜਿਹੜੇ ਸਟੇਟਾਂ ਦੇ ਫੰਡ ਸੈਂਟਰ ਸਰਕਾਰ ਰੋਕ ਰਹੀ ਹੈ, ਮੈਂ ਸਮਝਦਾ ਕਿ ਇਹ ਇੱਕ ਸਾਡੇ ਵੱਧ ਅਧਿਕਾਰ ਜਿਹੜੇ ਅਸੀਂ ਮੰਗਦੇ ਹਾਂ ਉਹਨਾਂ 'ਤੇ ਬਹੁਤ ਵੱਡਾ ਹੱਕ ਹੈ। ਸੈਂਟਰ ਅੱਜ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ ਟਕਰਾਓ ਦੀ ਨੀਤੀ ਅਪਣਾ ਰਹੀ ਹੈ। ਪਿੱਛੇ ਜੇ ਇਹਨਾਂ ਦੀ ਮੀਟਿੰਗ ਹੋਈ ਉਹਦੇ 'ਚ ਇਹਨਾਂ ਨੇ ਕਿਹਾ ਕਿ ਜਿਹੜਾ ਪੰਜਾਬ ਦੇ ਵਿੱਚ ਮਾਲ ਗੱਡੀਆਂ ਉਹ ਅਸੀਂ ਚੱਲਣ ਦਿਆਂਗੇ, ਪੈਸੰਜਰ ਗੱਡੀਆਂ ਨਹੀਂ ਚੱਲਣ। ਪਰ ਸੈਂਟਰ ਨੇ ਸਾਡੀਆਂ ਜਿਹੜੀਆਂ ਮਾਲ ਗੱਡੀਆਂ ਵੀ ਬੰਦ ਕਰ ਚਾਹੀਦਾ ਤਾਂ ਇਹ ਸੀ ਸੈਂਟਰ ਨੂੰ ਕਿ ਕਿਸਾਨਾਂ ਜਥੇਬੰਦੀਆਂ ਨੂੰ ਬੁਲਾ ਕੇ ਉਹਨਾਂ 'ਤੇ ਟੇਬਲ 'ਤੇ ਗੱਲ ਕੀਤੀ ਜਾ ਔਰ ਉਹ ਮੀਟਿੰਗ ਵੀ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਥੱਲੇ ਹੋਵੇ। ਪਰ ਇਹ ਲਗਾਤਾਰ ਜੋ ਕਿਸਾਨਾਂ ਦੇ ਨਾਲ ਧੱਕਾ ਕਰ ਰਹੇ ਨੇ ਇਹ ਜਿਹੜੀ ਟਕਰਾਓ ਦੀ ਨੀਤੀ ਕਿਸਾਨਾਂ ਦੇ ਨਾਲ ਇਹ ਚਲਾ ਰਹੇ ਨੇ ਇਹਦੇ ਜਿਹੜੇ ਸਿੱਟੇ ਹੈ ਇਹ ਬਹੁਤ ਮਾੜੇ ਨਿਕਲਦੇ।